ਜਿਹੜਾ ਐਗਜ਼ਿਟ ਪੋਲ ਆ ਉਹ ਹਰਿਆਣਾ ਦੇ ਵਿੱਚ ਕਾਂਗਰਸ ਨੂੰ ਜਿਹੜਾ ਬਹੁਮਤ ਦੇ ਰਿਹਾ। ਜੇਕਰ ਕਾਂਗਰਸ ਨੂੰ ਬਹੁਮਤ ਮਿਲ ਰਿਹਾ ਤਾਂ ਉਹ ਕਿਹੜਾ ਚਿਹਰਾ ਹੋਵੇਗਾ ਜਿਹੜਾ ਮੁੱਖ ਮੰਤਰੀ ਦਾ ਤਾਜ ਹੋਵੇਗਾ? ਕਈ ਵਾਰ ਕੀ ਹੁੰਦਾ ਕਿ ਐਗਜ਼ਿਟ ਪੋਲ ਸੱਚ ਹੋ ਜਾਂਦੇ ਨੇ ਤੇ ਕਈ ਵਾਰ ਐਗਜ਼ਿਟ ਪੋਲ ਜਿਹੜੇ ਹੈਗੇ ਨੇ ਉਹ ਫੇਲ ਵੀ ਹੋ ਜਾਂਦੇ ਨੇ। ਆਮ ਆਦਮੀ ਪਾਰਟੀ ਐਗਜ਼ਿਟ ਪੋਲ 'ਚ ਕਿਤੇ ਨੇੜੇ ਤੇੜੇ ਖੜਦੀ ਨਜ਼ਰ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ ਜੀ, ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ। ਅੱਜ ਅਸੀਂ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਹਰਿਆਣਾ ਦੀ, ਕਿਉਂਕਿ ਹਰਿਆਣਾ ਦੇ ਵਿੱਚ ਕੱਲ੍ਹ ਜਿਹੜਾ ਵਿਧਾਨ ਸਭਾ ਦੇ ਨਤੀਜੇ ਜਿਹੜੇ ਨੇ ਐਲਾਨ ਦਿੱਤੇ ਜਾਣਗੇ। ਜਿਹੜਾ ਐਗਜ਼ਿਟ ਪੋਲ ਆ ਉਹ ਹਰਿਆਣਾ ਦੇ ਵਿੱਚ ਕਾਂਗਰਸ ਨੂੰ ਜਿਹੜਾ ਬਹੁਮਤ ਦੇ ਰਿਹਾ। ਜੇਕਰ ਕਾਂਗਰਸ ਨੂੰ ਬਹੁਮਤ ਮਿਲ ਰਿਹਾ ਤਾਂ ਉਹ ਕਿਹੜਾ ਚਿਹਰਾ ਹੋਵੇਗਾ ਜਿਹੜਾ ਮੁੱਖ ਮੰਤਰੀ ਦਾ ਤਾਜ ਹੋਵੇਗਾ, ਜਾਣੀ ਕਿ ਮੁੱਖ ਮੰਤਰੀ ਦਾ ਸਿਹਰਾ ਜਿਹੜਾ ਉਹਦੇ ਸਿਰ 'ਤੇ ਸਜੇਗਾ? ਇਸ 'ਤੇ ਪੂਰੀ ਜਿਹੜੀ ਗੱਲਬਾਤ ਹੈ ਅਸੀਂ ਬੋਲਦਾ ਪੰਜਾਬ ਦੇ ਵਿੱਚ ਕਰਾਂਗੇ। ਮੇਰੇ ਨਾਲ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ। ਰਪਾਣਾ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਰਪਾਣਾ ਜੀ, ਜੋ ਰਿਪੋਰਟਾਂ ਆ ਰਹੀਆਂ ਨੇ ਚੈਨਲ ਦੇ ਵਿੱਚ, ਐਗਜ਼ੈਕਟ ਰਿਪੋਰਟ ਚੱਲ ਰਹੀ ਹੈ ਵੀ ਕਾਂਗਰਸ ਨੂੰ ਬਹੁਮਤ ਦਿੱਤਾ ਜਾ ਰਿਹਾ, ਕੀ ਲੱਗਦਾ ਉਹ ਕਿਹੜਾ ਚਿਹਰਾ ਹੋਊਗਾ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ? ਦੇਖੋ ਮਰਜੀਤ, ਗੱਲ ਇਹ ਹੈ ਵੀ ਜਦੋਂ ਵੀ ਕਿਸੇ ਸਟੇਟ ਦੇ ਵਿੱਚ ਵਿਧਾਨ ਸਭਾ ਚੋਣਾਂ ਹੁੰਦੀਆਂ ਨੇ ਜਾਂ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਹੁੰਦੀਆਂ ਜੀ, ਉਸ ਤੋਂ ਪਹਿਲਾਂ, ਨਤੀਜਿਆਂ ਤੋਂ ਐਨ ਪਹਿਲਾਂ ਇੱਕ ਐਗਜ਼ਿਟ ਪੋਲ ਆਉਂਦੇ ਨੇ ਜੀ, ਤੇ ਐਗਜ਼ਿਟ ਪੋਲ ਇਹ ਕਹਿੰਦੇ ਨੇ ਕਿ ਬਹੁਮਤ ਕਿਹਨੂੰ ਮਿਲਣਾ। ਮਤਲਬ ਇਹ ਤਾਂ ਨਹੀਂ ਕਹਿ ਸਕਦੇ ਕਿ ਸਰਕਾਰ ਕਿਹਦੀ ਬਣਨੀ, ਉਹ ਸਿਰਫ ਐਗਜ਼ਿਟ ਪੋਲ ਹੁੰਦੇ ਨੇ ਕਿ ਅੰਦਾਜ਼ਾ ਹੁੰਦਾ, ਕਿ ਜਿਹੜੇ ਐਗਜ਼ਿਟ ਪੋਲ ਹੁੰਦੇ ਨੇ ਹਮੇਸ਼ਾ ਅੰਦਾਜ਼ਾ ਹੁੰਦਾ ਕਿ ਇਸ ਸਟੇਟ ਦੇ ਵਿੱਚੋਂ ਇਸ ਪਾਰਟੀ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ। ਠੀਕ ਹੈ, ਕਈ ਵਾਰ ਕੀ ਹੁੰਦਾ ਕਿ ਐਗਜ਼ਿਟ ਪੋਲ ਸੱਚ ਹੋ ਜਾਂਦੇ ਨੇ ਤੇ ਕਈ ਵਾਰ ਐਗਜ਼ਿਟ ਪੋਲ ਜਿਹੜੇ ਹੈਗੇ ਨੇ ਉਹ ਫੇਲ ਵੀ ਹੋ ਜਾਂਦੇ ਨੇ, ਪਰ ਜ਼ਿਆਦਾ ਕਰਕੇ ਦੇਖਿਆ ਕਿ ਐਗਜ਼ਿਟ ਪੋਲ ਜਿਹੜੇ ਨੇ ਉਹ ਲਗਭਗ ਨਜ਼ਦੀਕ ਹੀ ਹੁੰਦੇ ਨੇ, ਐਗਜ਼ਿਟ ਪੋਲ ਦੇ ਆਸ ਪਾਸ ਹੀ ਜਿਹੜੇ ਹੈਗੇ ਨੇ ਉਹ ਹੁੰਦੇ ਨੇ। ਇਸ ਵਾਰ ਹਰਿਆਣਾ 'ਚ ਤੁਸੀਂ ਗੱਲ ਕੀਤੀ ਹੈ ਕਿ ਹਰਿਆਣਾ 'ਚ ਵਾਕਈ ਕੱਲ੍ਹ ਸਵੇਰ ਤੋਂ ਜਿਹੜੀ ਗਿਣਤੀ ਦੀ ਪ੍ਰਕਿਰਿਆ ਸ਼ੁਰੂ ਹੋ ਜਾਣੀ ਆ, ਤਾਂ ਉਹਦੇ ਵਿੱਚ ਸਵੇਰ ਤੋਂ 8 ਵਜੇ ਤੋਂ ਉਹਦੀ ਗਿਣਤੀ ਸ਼ੁਰੂ ਹੋਣੀ ਆ ਅਤੇ 10, 11, 12 ਵਜੇ ਤੱਕ ਲਗਭਗ ਤੈਅ ਹੋ ਜਾਣਾ ਕਿ ਸਰਕਾਰ ਕਿਹਦੀ ਬਣਨੀ ਆ। ਜੇਕਰ ਹੁਣ ਤੁਸੀਂ ਐਗਜ਼ਿਟ ਪੋਲ ਦੀ ਗੱਲ ਕੀਤੀ ਹੈ ਕਿ ਐਗਜ਼ਿਟ ਪੋਲ ਇਹ ਕਹਿ ਰਿਹਾ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ ਜੀ, ਹਰਿਆਣਾ ਦੇ ਵਿੱਚ 90 ਸੀਟਾਂ, 90 ਦੇ ਵਿੱਚੋਂ ਐਗਜ਼ਿਟ ਪੋਲ ਜਿਹੜਾ ਹੈਗਾ ਕੋਈ 50 ਦੇ ਰਿਹਾ ਕਾਂਗਰਸ ਨੂੰ, ਕੋਈ 55 ਦੇ ਰਿਹਾ, ਕੋਈ ਤੇ ਮਤਲਬ 45 ਤੋਂ 55 ਦੇ ਵਿੱਚ ਜਿਹੜੇ ਹੈਗੀਆਂ ਸੀਟਾਂ ਕਾਂਗਰਸ ਨੂੰ ਮਿਲਦੀਆਂ ਨਜ਼ਰ ਆ ਰਹੀਆਂ। ਹੁਣ ਬੀਜੇਪੀ ਹੈ, ਬੀਜੇਪੀ ਨੂੰ ਤਾਂ ਕੋਈ 20 ਦੇ ਰਿਹਾ, ਕੋਈ 25 ਦੇ ਰਿਹਾ, ਕੋਈ 18 ਦੇ ਰਿਹਾ, ਇੱਥੋਂ ਤੱਕ ਕਿ 15 ਤੱਕ ਵੀ, ਮਤਲਬ ਕਿ ਜਿਹੜੀ ਆਮ ਸੁਣਾਈ ਦੇ ਰਹੀ ਕਿ 15-20 ਦੇ ਆਸ ਪਾਸ ਜਿਹੜੀ ਹੈਗੀ ਬੀਜੇਪੀ ਸਿਮਟ ਸਕਦੀ ਹੈ। ਜੇ ਗੱਲ ਹੁਣ ਤੁਸੀਂ ਕਰ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਸੱਤਾ 'ਤੇ ਰਹਿ ਅਤੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਐਗਜ਼ਿਟ ਪੋਲ 'ਚ ਕਿਤੇ ਨੇੜੇ ਤੇੜੇ ਖੜਦੀ ਨਜ਼ਰ ਨਹੀਂ ਆ ਰਹੀ, ਜਿਹੜੀ ਦਾਅਵਾ ਕਰ ਰਹੀ ਸਰਕਾਰ ਬਣਾਉਣ। ਬਿਲਕੁਲ ਬਿਲਕੁਲ, ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਸੀ ਕਿ ਹਰਿਆਣਾ ਦੇ ਲੋਕ ਹੁਣ ਪੰਜਾਬ ਦੀ ਤਰ੍ਹਾਂ, ਦਿੱਲੀ ਦੀ ਤਰ੍ਹਾਂ ਜਿਹੜਾ ਇੱਕ ਵੱਡਾ ਬਦਲਾਅ ਲੈ ਕੇ ਆਉਣਗੇ, ਪਰ ਐਗਜ਼ਿਟ ਪੋਲ ਕਿਤੇ ਵੀ ਬਦਲਾਅ ਦੇ ਨੇੜੇ ਤੇੜੇ ਨਹੀਂ ਖੜ ਰਿਹਾ। ਹੁਣ ਉਸ ਤੋਂ ਬਾਅਦ ਕੀ ਗੱਲ, ਉੱਥੇ ਪਾਰਟੀ ਇੱਕ ਜੇਜੇਪੀ ਹੈ, ਤੁਸੀਂ ਦੇਖਿਆ ਕਿ ਜਿਨ੍ਹਾਂ ਦੇ ਬਦੌਲ, ਜਿਨ੍ਹਾਂ ਦੇ ਪਹਿਲਾਂ ਬੀਜੇਪੀ ਦੇ, ਉਹਨਾਂ ਦੇ ਮੇਰੇ ਖਿਆਲ 10 MLA ਸੀਗੇ ਸ਼ਾਇਦ, ਮੇ ਬੀ ਜਿਹੜੇ ਪਿਛਲੀ ਵਾਰ, ਅਤੇ ਉਹ ਸਾਰੇ ਬੀਜੇਪੀ ਦੇ ਖਾਤੇ ਸੀ, ਬੀਜੇਪੀ ਨਾਲ ਮਿਲ ਕੇ ਸਰਕਾਰ ਉਹਨੇ ਬਣਾਈ ਸੀ, ਹਾਂ ਉਹਨਾਂ ਨੂੰ ਸਹਿਮਤੀ ਦਿੱਤੀ ਸੀ, ਪਰ ਹੁਣ ਕੀ ਇਸ ਵਾਰ ਜੇਜੇਪੀ ਨੂੰ ਵਿਧਾਇਕ ਮਿਲਣਗੇ? ਅਤੇ ਉਸ ਤੋਂ ਬਾਅਦ ਇੱਕ ਉੱਥੇ ਪਾਰਟੀ ਹੋਰ ਹੈਗੀ ਆ, ਗੋਪਾਲ ਕੰਡਾ, ਉਹਨਾਂ ਨੇ ਵੀ ਇੱਕ ਪਾਰਟੀ ਆ, ਉਹ ਵੀ ਖੜੇ ਨੇ, ਤਾਂ ਉਹਨਾਂ ਨੇ ਕੁਝ ਦੇਰ ਪਹਿਲਾਂ ਐਲਾਨ ਕਰਤਾ ਸੀ ਵੀ ਜੇਕਰ ਮੇਰੀ ਕੋਈ ਸੀਟ ਆਏਗੀ ਤਾਂ ਮੈਂ ਆਪਣਾ ਸਮਰਥਨ ਬੀਜੇਪੀ ਨੂੰ ਦੇਣਾ। ਠੀਕ ਹੈ, ਅਤੇ ਜੇਜੇਪੀ ਦਾ ਵੀ ਜਿਹੜਾ ਸਮਰਥਨ ਉਹ ਬੀਜੇਪੀ ਨੂੰ ਨਜ਼ਰ ਆ ਰਿਹਾ, ਪਰ ਤਿੰਨੋਂ ਮਿਲ ਕੇ ਵੀ ਜਿਹੜੇ ਐਗਜ਼ਿਟ ਪੋਲ ਆ ਇਹ ਗੱਲ ਨਹੀਂ ਕਹਿ ਰਹੇ ਕਿ ਤਿੰਨੋਂ ਮਿਲ ਕੇ ਵੀ ਸਰਕਾਰ ਦੇ ਨੇੜੇ ਲੱਗ ਜਾਣਗੇ। ਹੁਣ ਤੁਸੀਂ ਅਗਲੀ ਗੱਲ ਕੀਤੀ ਹੈ ਕਿ ਕਾਂਗਰਸ ਦੇ ਵਿੱਚ ਬਿਲਕੁਲ ਕਿਹੜਾ ਚਿਹਰਾ, ਜੇਕਰ ਬਹੁਮਤ ਮਿਲਦਾ ਤਾਂ
ਸੀਐਮ ਦਾ ਚਿਹਰਾ ਕੌਣ ਹੋਵੇਗਾ? ਬਿਲਕੁਲ, ਹੁਣ ਇਹ ਵੀ ਇੱਕ ਅਮਰਜੀਤ ਐਗਜ਼ਿਟ ਪੋਲ ਹੀ ਹੈ, ਜਿਹੜੇ ਸੀਐਮ ਦਾ ਚਿਹਰਾ ਹੈ ਉਹ ਵੀ ਇੱਕ ਐਗਜ਼ਿਟ ਪੋਲ ਹੈ। ਲਾਈਨ ਉਹਨਾਂ 'ਚ ਵੀ ਲੰਬੀ ਹੈ, ਚਾਰ ਪੰਜ ਚਿਹਰੇ ਹੈਗੇ, ਹਾਂ ਤਿੰਨ ਚਾਰ ਚਿਹਰੇ ਹੈਗੇ ਨੇ ਜਿਹੜੇ ਲਾਈਨ ਦੇ ਵਿੱਚ ਹੈ, ਪਰ ਉਹ ਇੱਕ ਐਗਜ਼ਿਟ ਪੋਲ ਹੀ ਹੈਗਾ ਕਿ ਕਿਹਨੂੰ ਬਣਾਇਆ ਜਾਵੇਗਾ। ਦੇਖੋ ਉਹਦੇ 'ਤੇ ਸਭ ਤੋਂ ਜਿਹੜਾ ਪਹਿਲਾ ਮੋਰਲੀ ਕਤਾਰ ਦੇ ਵਿੱਚ ਜੇ ਆਪਾਂ ਨਾਮ ਲਈਏ ਭੁਪਿੰਦਰ ਸਿੰਘ ਹੁੱਡਾ, ਜਿਹੜੇ ਹਾਂ ਬਿਲਕੁਲ ਸਾਬਕਾ ਮੁੱਖ ਮੰਤਰੀ ਰਹੇ ਨੇ, ਤੇ ਉਹਨਾਂ ਦੇ ਬੇਟੇ ਦੁਪਿੰਦਰ ਹੁੱਡਾ, ਠੀਕ ਹੈ, ਮਤਲਬ ਹੁੱਡਾ ਪਰਿਵਾਰ ਦੀ ਗੱਲ ਕਰੀਏ। ਦੇਖੋ ਇੱਕ ਇਹ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਵੀ ਜਿਹੜੀ ਕਾਂਗਰਸ ਪਾਰਟੀ ਬਿਲਕੁਲ ਜਿਹੜੀ ਹਰਿਆਣੇ ਦੇ ਵਿੱਚ ਜਦੋਂ ਬੀਜੇਪੀ ਮਤਲਬ ਰਿਪੀਟ ਕੀਤੀ ਹੈ ਤੇ ਉਸ ਸਮੇਂ ਕਾਂਗਰਸ ਬਿਲਕੁਲ ਖਤਮ ਹੁੰਦੀ ਨਜ਼ਰ ਆ ਰਹੀ ਸੀ। ਇੱਕ ਵਾਰ ਤਾਂ ਇਹ ਗੱਲ ਹੋ ਗਈ ਸੀ ਕਿ ਸ਼ਾਇਦ ਕਾਂਗਰਸ ਪਾਰਟੀ ਨੂੰ ਕੋਈ ਵੀ ਵੋਟ ਨਹੀਂ ਪੈਣੀ, ਕੋਈ ਵੀ ਸੀਟ ਅਗਲੀ ਵਾਰ ਨਹੀਂ ਆਉਣੀ ਕਿਉਂਕਿ ਬੀਜੇਪੀ ਹੀ ਰਿਪੀਟ ਕਰੇਗੀ। ਪਰ ਹੁੱਡਾ ਪਰਿਵਾਰ ਪਿਓ ਪੁੱਤ ਦੋਨਾਂ ਦੀ ਜਿਹੜੀ ਜੋੜੀ ਆ ਉਹਨਾਂ ਨੇ ਇੰਨੀ ਕੁ ਮਿਹਨਤ ਕੀਤੀ, ਜਿਹੜੀ ਇਹ ਤਾਂ ਸਾਰਿਆਂ ਦੇ ਸਾਹਮਣੇ ਹੈ, ਕਾਂਗਰਸ ਪਾਰਟੀ ਜਿੰਨੇ ਵੀ ਲੀਡਰ ਆ ਹਾਈਕਮਾਂਡ ਆ ਉਹਨਾਂ ਦੇ ਤਾਂ ਸਾਰਿਆਂ ਸਾਹਮਣੇ ਨਜ਼ਰ ਆ ਰਿਹਾ ਕਿ ਹੁੱਡਾ ਪਿਓ ਪੁੱਤ ਦੀ ਜੋੜੀ ਨੇ ਇੰਨੀ ਕੁ ਮਿਹਨਤ ਕੀਤੀ ਆ ਹਰਿਆਣੇ ਦੇ ਵਿੱਚ, ਚਾਹੇ ਉਹ ਮਨੀ ਪਾਵਰ ਹੋਵੇ ਚਾਹੇ ਮੈਨ ਪਾਵਰ ਹੋਵੇ, ਹਰ ਇੱਕ ਪਾਵਰ ਨੂੰ ਇਸਤੇਮਾਲ ਕਰਕੇ ਉਹਨਾਂ ਨੇ ਉੱਥੇ ਜਿਹੜਾ ਹੈਗਾ ਹਰਿਆਣੇ ਦੇ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਤੇ ਲੀਹਾਂ 'ਤੇ ਲਿਆਂਦਾ। ਅਤੇ ਅੱਜ ਜੇਕਰ ਕਾਂਗਰਸ ਪਾਰਟੀ ਇੱਥੇ ਖੜੀ ਹੈ, ਮਤਲਬ ਜੇ ਐਗਜ਼ਿਟ ਪੋਲ ਇਹ ਗੱਲ ਕਹਿ ਰਹੇ ਨੇ ਕਿ ਸਰਕਾਰ ਬਣ ਰਹੀ ਹੈ, ਤਾਂ ਉਹ ਹੁੱਡਾ ਫੈਮਿਲੀ ਦੀ ਬਦੌਲਤ ਹੈ, ਠੀਕ ਹੈ। ਔਰ ਦੂਜੀ ਗੱਲ ਇੱਕ ਇਹ ਵੀ ਹੈ ਕਿ 2005 ਦੇ ਵਿੱਚ 67 ਸੀਟਾਂ ਕਾਂਗਰਸ ਪਾਰਟੀ ਨੂੰ ਆਈਆਂ ਸੀ 2005 ਦੇ ਵਿੱਚ, ਹੁੱਡਾ ਪਰਿਵਾਰ ਦੇ 2005 ਦੇ ਵਿੱਚ, ਤਾਂ ਉਸ ਸਮੇਂ ਭਜਨ ਲਾਲ ਦਾ ਨਾਮ ਇਸ ਤਰ੍ਹਾਂ ਚੱਲ ਰਿਹਾ ਸੀ ਜਿਵੇਂ ਅੱਜ ਹੁੱਡਾ ਪਰਿਵਾਰ ਦਾ ਨਾਮ ਚੱਲ ਰਿਹਾ ਕਿ 67 ਸੀਟਾਂ ਭਜਨ ਲਾਲ ਦੀ ਬਦੌਲਤ ਆਈਆਂ ਨੇ। ਪਰ ਮੌਕੇ 'ਤੇ ਕੀ ਹੋਇਆ, ਕਾਂਗਰਸ ਪਾਰਟੀ ਨੇ ਬਿਲਕੁਲ ਮੌਕੇ 'ਤੇ ਆ ਕੇ ਭੁਪਿੰਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਬਣਾਤਾ, ਠੀਕ ਹੈ। ਇੱਕ ਇਹੋ ਜਿਹਾ ਵੀ ਸਮਾਂ ਸੀਗਾ। ਅਤੇ ਇੱਕ ਵਾਰ ਇਹ ਮਹਾਰਾਸ਼ਟਰ 'ਚ ਵੀ ਹੋਇਆ ਸੀਗਾ, ਮਹਾਰਾਸ਼ਟਰ ਦੇ ਵਿੱਚ ਜਿਹੜੇ ਸੁਸ਼ੀਲ ਸ਼ਿੰਦੇ ਨੇ ਅਤੇ ਉਹਨਾਂ ਨੇ ਬਹੁਤ ਮਿਹਨਤ ਕੀਤੀ, ਠੀਕ ਹੈ, ਮਤਲਬ ਸਰਕਾਰ ਲਿਆਉਣ ਦੇ ਜੇ ਸੀਟਾਂ ਲਿਆਉਣ ਬਹੁਮਤ ਲਿਆਉਣ ਤੱਕ, ਜਦੋਂ ਬਹੁਮਤ ਆ ਗਿਆ ਤਾਂ ਜਿਹੜੀ ਸਰਕਾਰ ਉਹ ਜਿਹੜਾ ਮੁੱਖ ਮੰਤਰੀ ਉਹ ਮਰਾਠਾ ਨੂੰ ਸੌਂਪਤਾ। ਇਹ ਇੱਕ ਵਾਰੀ ਉੱਥੇ ਵੀ ਹੋ ਚੁੱਕਿਆ। ਪਰ ਹੁਣ ਜੇਕਰ ਤੁਸੀਂ ਇਹ ਗੱਲ ਕਰੋ ਕਿ ਭਜਨ ਲਾਲ ਅਤੇ ਹੁੱਡਾ ਪਰਿਵਾਰ, ਦੇਖੋ ਭਜਨ ਲਾਲ ਜਿਹੜਾ ਹੁੱਡਾ ਪਰਿਵਾਰ ਆ ਜਾਂ ਭੁਪਿੰਦਰ ਸਿੰਘ ਹੁੱਡਾ ਜਿਹੜਾ ਦੁਪਿੰਦਰ ਸਿੰਘ ਹੁੱਡਾ, ਉਹ ਭਜਨ ਲਾਲ ਤਾਂ ਹੈ ਨਹੀਂ, ਇਹ ਗੱਲ ਤਾਂ ਹਾਈਕਮਾਂਡ ਨੂੰ ਵੀ ਪਤਾ ਅਤੇ ਉੱਥੋਂ ਦੀ ਲੋਕਲ ਲੀਡਰਸ਼ਿਪ ਨੂੰ ਵੀ ਪਤਾ ਵੀ ਇਹਨੂੰ ਭਜਨ ਲਾਲ ਨਹੀਂ ਸਮਝਿਆ ਜਾ ਸਕਦਾ। ਜੇਕਰ ਉਹਦੇ ਨਾਲ ਭਜਨ ਲਾਲ ਵਰਗੀ ਹੋਏਗੀ ਹਰਿਆਣੇ ਦੇ ਵਿੱਚ, ਤਾਂ ਅਗਰ ਉਹਨਾਂ ਨੇ ਬਗਾਵਤੀ ਸੁਰ ਅਪਣਾ ਲਏ ਤਾਂ ਕਦੇ ਵੀ ਹਰਿਆਣੇ ਦੇ ਵਿੱਚ ਕਾਂਗਰਸ ਦੀ ਸਰਕਾਰ ਨਹੀਂ ਬਣ ਪਾਏਗੀ, ਠੀਕ ਹੈ। ਇਹ ਵੀ ਨਾਲ ਇੱਕ ਪੱਖ ਹੈਗਾ। ਹੁਣ ਅਗਲੀ ਗੱਲ, ਅਗਲਾ ਉੱਥੇ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਉਹ ਨਜ਼ਰ ਆ ਰਿਹਾ, ਉੱਥੋਂ ਦੇ ਸਾਂਸਦ ਵੀ ਨੇ ਅਤੇ ਉਹਨਾਂ ਦੇ ਜਿਹੜੇ ਮਹਿਲਾ ਨੇ, ਜੇਕਰ ਉਹਨੂੰ ਇੱਕ ਤਾਂ ਮਹਿਲਾ ਕਵਰ ਹੁੰਦਾ ਜੇਕਰ ਅਗਰ ਉਹਨਾਂ ਦੇ ਖਾਤੇ 'ਚ ਆਉਂਦੀ ਹੈ, ਤਾਂ ਦੂਜੇ ਪਾਸੇ ਦਲਿਤ ਚਿਹਰਾ ਵੀ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ, ਕੁਮਾਰੀ ਸ਼ੈਲਜਾ, ਠੀਕ ਹੈ। ਉਹਦੇ 'ਚ ਦੋ ਤਿੰਨ ਚੀਜ਼ਾਂ ਜੁੜ ਰਹੀਆਂ ਅਮਰਜੀਤ, ਇੱਕ ਤਾਂ ਉਹ ਗਾਂਧੀ ਪਰਿਵਾਰ ਦੇ ਨੇੜੇ ਆ, ਦੂਜਾ ਦਲਿਤ ਚਿਹਰਾ ਤੇ ਤੀਜਾ ਮਹਿਲਾ, ਮਤਲਬ ਤਿੰਨ ਚੀਜ਼ਾਂ ਜਿਹੜੇ ਹੈਗੇ ਨੇ ਉਹ ਜਿਹੜੇ ਕਵਰ ਹੁੰਦੀ ਆ ਅਗਰ ਕੁਮਾਰੀ ਸ਼ੈਲਜਾ ਦਾ ਨਾਮ ਆ ਰਿਹਾ। ਪਰ ਕੁਮਾਰੀ ਸ਼ੈਲਜਾ ਕੀ ਉਹ ਹੁੱਡਾ ਪਰਿਵਾਰ ਦੇ ਬਰਾਬਰ ਦਾ ਕੱਦ ਹੈ? ਦੇਖੋ ਹੁੱਡਾ ਪਰਿਵਾਰ ਦੇ ਬਰਾਬਰ ਦਾ ਕੱਦ ਉਹਨਾਂ ਦਾ ਨਹੀਂ ਹੈ, ਕਿਉਂਕਿ ਭੁਪਿੰਦਰ ਸਿੰਘ ਹੁੱਡਾ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਅਤੇ ਕੁਮਾਰੀ ਸ਼ੈਲਜਾ ਅਤੇ ਉਹਨਾਂ ਦਾ ਜਿਹੜੇ ਕਾਫੀ ਫਰਕ ਹੈ। ਉਸ ਤੋਂ ਬਾਅਦ ਅੱਗੇ ਇੱਕ ਹੋਰ ਚਿਹਰਾ ਜਿਹੜਾ ਤੀਜਾ ਚਿਹਰਾ ਉੱਥੇ ਹਰਿਆਣੇ ਦੇ ਵਿੱਚ ਹੈਗਾ, ਉਹਨਾਂ ਦਾ ਹੈਗਾ ਰਣਦੀਪ ਸਿੰਘ ਸੁਰਜੇਵਾਲਾ, ਠੀਕ ਹੈ। ਰਣਦੀਪ ਪੁਰਾਣੇ ਲੀਡਰ ਨੇ, ਬਿਲਕੁਲ ਉਹ ਵੀ ਬਹੁਤ ਪੁਰਾਣੇ ਲੀਡਰ ਨੇ। ਸੁਰਜੇਵਾਲਾ ਦਾ ਨਾਮ ਵੀ ਕਾਫੀ, ਔਰ ਸੁਰਜੇਵਾਲਾ ਵੀ ਇਹ ਗੱਲ ਕਹਿ ਰਹੇ ਨੇ
ਕਿ ਹਾਂ ਮੈਂ ਮੁੱਖ ਮੰਤਰੀ ਦਾ ਦਾਅਵੇਦਾਰ ਹਾਂ, ਔਰ ਉਹ ਇਹ ਵੀ ਗੱਲ ਕਹਿੰਦੇ ਨੇ ਕਿ ਕਦੇ ਵੀ ਮੁੱਖ ਮੰਤਰੀ ਦਾ ਸੁਪਨਾ ਲੈਣਾ ਮਾੜਾ ਨਹੀਂ ਹੁੰਦਾ, ਇੱਕ ਨੂੰ ਲੈਣਾ ਚਾਹੀਦਾ ਸੁਪਨਾ। ਹਾਂ ਬਿਲਕੁਲ, ਇੱਕ ਤਾਂ ਇਹ ਹੁੰਦਾ ਨਾ ਤਾਂ ਉਹ ਕਹਿੰਦੇ ਵੀ ਨਹੀਂ ਯਾਰ ਵੀ ਦੇਖੀ ਜਾਏਗੀ ਬਣਨਾ ਜਾਂ ਨਹੀਂ ਬਣਨਾ। ਇਹ ਤਿੰਨੋਂ ਲੀਡਰ ਇਹ ਗੱਲ ਕਹਿ ਰਹੇ ਨੇ ਕਿ ਮੁੱਖ ਮੰਤਰੀ ਦਾ ਦਾਅਵਾ ਠੋਕ ਰਹੇ ਨੇ ਤਿੰਨੋਂ ਲੀਡਰ, ਇਹ ਗੱਲ ਕਲੀਅਰ ਆ। ਹੁਣ ਉਸ ਤੋਂ ਬਾਅਦ ਗੱਲ ਸਭ ਤੋਂ ਪਹਿਲਾਂ ਹੀ ਆ ਗਈ ਜਿਹੜੀ ਆਪਾਂ ਪਹਿਲਾਂ ਕੀਤੀ ਹੈ ਕਿ ਪਹਿਲੇ ਨੰਬਰ 'ਤੇ ਜਿਹੜਾ ਨਾਮ ਉਹ ਹੁੱਡਾ ਫੈਮਿਲੀ ਚੱਲ ਰਿਹਾ, ਚਾਹੇ ਉਹਦੇ 'ਚ ਭੁਪਿੰਦਰ ਸਿੰਘ ਹੁੱਡਾ ਅਤੇ ਚਾਹੇ ਦਪਿੰਦਰ ਸਿੰਘ ਹੁੱਡਾ, ਔਰ ਹਾਈ ਕਮਾਂਡ ਉਹਨਾਂ ਨੂੰ ਕਦੇ ਵੀ ਇਗਨੋਰ ਨਹੀਂ ਕਰੇਗੀ। ਹੁਣ ਅਗਲੀ ਗੱਲ ਗੱਲ ਇਹ ਬੀਜੇਪੀ ਦੀ, ਜੇਕਰ ਨਤੀਜੇ ਬਿਲਕੁਲ ਉਲਟ ਆਉਂਦੇ ਨੇ, ਜਿਵੇਂ ਆਪਾਂ ਕਹਿ ਰਹੇ ਵੀ ਐਗਜ਼ਿਟ ਪੋਲ ਤੋਂ ਬਿਲਕੁਲ ਉਲਟ ਹੋ ਜਾਂਦਾ, ਜੇਕਰ ਇਹ ਹੋ ਜਾਂਦਾ ਤਾਂ ਫਿਰ ਕੀ ਹੋਏਗਾ? ਫਿਰ ਬੀਜੇਪੀ, ਬੀਜੇਪੀ ਦੇ ਅਗਰ ਦੋ ਚਾਰ ਘੱਟਦੇ ਆ ਤਾਂ ਅਗਰ ਜੇਜੇਪੀ ਨੂੰ ਮਿਲਦੇ ਆ ਤਾਂ ਉਹ ਵੀ ਆ ਸਕਦੀ ਹੈ ਬੀਜੇਪੀ ਦੇ ਨਾਲ, ਤਾਂ ਉਸ ਤੋਂ ਬਾਅਦ ਜਿਹੜਾ ਆਪਾਂ ਨਾਮ ਲਿਆ ਗੋਪਾਲ ਕਾਂਡਾ, ਉਹਨਾਂ ਦਾ ਵੀ ਅਗਰ ਇੱਕ ਅੱਧਾ ਉਹ ਵੀ ਬੀਜੇਪੀ ਨਾਲ ਆ ਜਾਏਗਾ, ਤਾਂ ਉਹਦੇ 'ਚ ਕੀ ਹੈ ਕਿ ਇੱਕ ਤਾਂ ਵਾ ਜਿਹੜੇ ਸਾਬਕਾ ਮੁੱਖ ਮੰਤਰੀ ਸੈਣੀ ਉਹ ਵੀ ਲੈਣ 'ਚ ਨੇ, ਪਰ ਉਹਨਾਂ ਤੋਂ ਪਹਿਲਾਂ ਜਿਹੜਾ ਵੱਡਾ ਦਾਅਵਾ ਠੋਕਿਆ ਉਹ ਅੰਬਾਲਾ ਤੋਂ ਵਿਧਾਇਕ ਨੇ, ਤੁਹਾਡੇ ਯਾਦ ਹੋਣਾ ਕਿ ਅਨਿਲ ਵਿਜ, ਠੀਕ ਹੈ, ਅਨਿਲ ਵਿਜ ਸਾਬਕਾ ਚੰਗੇ ਬੁਲਾ ਰਹੇ ਨੇ ਔਰ ਉਹ ਸ਼ਹਿਰੋ ਸ਼ਹਿਰੀ ਵੀ ਚੰਗੀ ਕਰਦੇ ਨੇ, ਅਤੇ ਉਹਨਾਂ ਨੇ ਇੱਕ ਤੁਹਾਡੇ ਯਾਦ ਹੋਣਾ ਵੀ ਜਦੋਂ ਮੋਹਨ ਲਾਲ ਜਿਹੜੇ ਖੱਟਰ ਨੂੰ ਜਦੋਂ ਅਹੁਦੇ ਤੋਂ ਹਟਾਇਆ ਸੀ ਅਤੇ ਸੈਣੀ ਨੂੰ ਸੀਐਮ ਬਣਾਇਆ ਸੀ ਅਤੇ ਉਦੋਂ ਅਨਿਲ ਵਿਜ ਰੁੱਸ ਕੇ ਆਪਣੇ ਘਰ ਬੈਠ ਕੇ ਸੀ, ਤਾਂ ਸਪੈਸ਼ਲ ਬਕਾਇਦਾ ਉਹਨਾਂ ਨੂੰ ਮਨਾਉਣ ਲਈ ਸੀਐਮ ਗਏ ਸੀਗੇ, ਠੀਕ ਹੈ। ਉਦੋਂ ਵੀ ਉਹਨਾਂ ਨੇ ਦਾਅਵਾ, ਠੀਕ ਹੈ, ਅੰਦਰੂਨੀ ਤੌਰ 'ਤੇ ਉਹ ਕਹਿੰਦੀ ਸੀ ਕਿ ਮੈਨੂੰ ਬਣਾਇਆ ਜਾਵੇ, ਪਰ ਓਪਨਲੀ ਉਹਨਾਂ ਨੇ ਦਾਅਵਾ ਨਹੀਂ ਠੋਕਿਆ ਸੀ। ਪਰ ਹੁਣ ਮੈਂ ਉਹਨਾਂ ਦੀ ਪਰਸੋਂ ਹੀ ਕਿਸੇ ਨਿੱਜੇ ਚੈਨਲ 'ਤੇ ਇੱਕ ਉਹਨਾਂ ਦੀ ਬਾਈਟ ਚੱਲ ਰਹੀ ਸੀ, ਮੈਂ ਸੁਣ ਰਿਹਾ ਸੀਗਾ, ਤਾਂ ਉਹਨਾਂ ਨੇ ਸਾਰੇ ਪੱਤਰਕਾਰਾਂ ਨੂੰ ਇਹ ਗੱਲ ਕਹੀ ਹੈ ਕਿ ਜੇਕਰ ਬਹੁਮਤ ਮਿਲਿਆ ਅਤੇ ਪਾਰਟੀ ਨੇ ਚਾਹਿਆ ਤਾਂ ਤੁਹਾਡੇ ਨਾਲ ਅਗਲੀ ਮੁਲਾਕਾਤ ਸੀਐਮ ਹਾਊਸ 'ਚ ਹੋਏਗੀ, ਠੀਕ ਹੈ। ਉਹ ਉਸ ਟਾਈਮ ਉਹਦੀ ਗੱਲ ਹੈ ਰਪਾਣਾ ਜੀ, ਜਦੋਂ ਵੋਟ ਪਾ ਕੇ ਵਾਪਸ ਬਾਹਰ ਆ ਰਹੇ ਸੀ ਤਾਂ ਮੀਡੀਆ ਨੇ ਗੱਲਬਾਤ ਕੀਤੀ ਸੀ, ਬਿਲਕੁਲ, ਠੀਕ ਹੈ। ਤਾਂ ਮਤਲਬ ਉਹਨਾਂ ਨੇ ਬਿਲਕੁਲ ਓਪਨਲੀ ਜਿਹੜਾ ਦਾਅਵਾ ਠੋਕਿਆ ਸੀਗਾ ਕਿ ਮੈਂ ਮੁੱਖ ਮੰਤਰੀ ਦਾ ਦਾਅਵੇਦਾਰ ਹਾਂ। ਔਰ ਦੂਜੀ ਗੱਲ, ਉਹਨਾਂ ਨੇ ਇੱਕ ਇਹ ਵੀ ਨਹੀਂ ਹੈਗਾ ਕਿ ਕੋਈ ਨਵਾਂ ਲੀਡਰ ਹੈ ਜਾਂ ਕੋਈ ਅਣਜਾਣ ਲੀਡਰ ਨੇ, ਬੜੇ ਪੁਰਾਣੇ ਅਤੇ ਧਾਕੜ ਲੀਡਰ ਹੈ। ਹਰਿਆਣੇ ਦੇ ਵਿੱਚ ਤੁਹਾਡੇ ਯਾਦ ਹੋਣਾ ਕਿ ਜਦੋਂ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਸੀ ਤਾਂ ਉਸ ਟਾਈਮ ਇਹਨਾਂ ਨੇ, ਮਤਲਬ ਕਿ ਜਿਹੜੇ ਅਨਿਲ ਵਿਜ ਹੈ, ਅਨਿਲ ਵਿਜ ਨੇ ਬੜੇ ਧਾਕੜ ਰਵੱਈਏ ਦੇ ਨਾਲ ਜਿਹੜੇ ਉਹਨਾਂ ਦੇ ਪੁਰਾਣੇ ਕੰਮਕਾਜ ਸੀਗੇ ਜਿਹੜੇ ਹੈਗੇ ਸੀ ਜਾਂ ਜਿਹੜੇ ਵਿਰੋਧੀ ਧਿਰ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਵਿਰੋਧੀ ਧਿਰ ਦਾ ਨੇਤਾ, ਉਹਨਾਂ ਨੂੰ ਬੜੇ ਤਰੀਕੇ ਦੇ ਨਾਲ ਜਿਹੜਾ ਹੈਂਡਲ ਕੀਤਾ ਸੀਗਾ ਅਤੇ ਉੱਥੋਂ ਦੇ ਜਿਹੜੇ ਮਸਲੇ ਨੇ ਹਰਿਆਣਾ ਦੇ, ਜਿਹੜੇ ਹਰਿਆਣਾ ਦੇ ਮਸਲੇ ਉਠਾਏ ਸੀਗੇ, ਔਰ ਅਨਿਲ ਵਿਜ ਇੱਕ ਆਪਣੇ ਆਪ ਵਿੱਚ ਇੱਕ ਨਾਮ ਹੈ, ਠੀਕ ਹੈ, ਬੀਜੇਪੀ ਦਾ ਨਾਮ ਆ, ਉਸ ਤੋਂ ਬਾਅਦ ਜਨਸੰਘ ਨਾਲ ਵੀ ਜੁੜੇ ਹੋਏ ਨੇ, ਤਾਂ ਇਹ ਦੋ ਤਿੰਨ ਚਿਹਰੇ ਹੈਗੇ ਨੇ ਜਿਹੜੇ ਬੀਜੇਪੀ ਕਰਕੇ ਕਮਾਂਡ ਕਰ ਰਹੇ। ਪਰ ਕਾਂਗਰਸ ਦੀ ਗੱਲ ਕਰੀਏ, ਠੀਕ ਹੈ ਕਿ ਜਿਹੜੇ ਐਗਜ਼ਿਟ ਪੋਲ ਹੈ ਉਹ ਇਸ ਸਮੇਂ ਕਾਂਗਰਸ ਦੇ ਹੱਕ 'ਚ ਬੋਲ ਰਹੇ ਨੇ, ਇਕੱਲੇ ਹਰਿਆਣੇ 'ਚ ਨਹੀਂ, ਤੁਹਾਡੇ ਯਾਦ ਹੋਣਾ ਕਿ ਕਾਂਗਰਸ ਪਾਰਟੀ ਦਾ ਹਰਿਆਣਾ ਦੇ ਨਾਲ ਜੰਮੂ ਕਸ਼ਮੀਰ 'ਚ ਵੀ ਜਿਹੜਾ ਐਗਜ਼ਿਟ ਪੋਲ ਆ ਉਹਨਾਂ ਨੂੰ ਜਿਹੜਾ ਹੈਗਾ ਬਹੁਮਤ ਦੇ ਰਿਹਾ। ਬਹੁਮਤ ਮਿਲਣਾ ਨਹੀਂ ਮਿਲਣਾ, ਕਦੋਂ ਮਿਲੇਗਾ, ਕਿਹਨੂੰ ਮਿਲੇਗਾ, ਇਹ ਤਾਂ ਕੱਲ੍ਹ ਤੋਂ ਹੀ ਪਤਾ ਲੱਗੇਗਾ। ਪਰ ਐਗਜ਼ਿਟ ਪੋਲ ਇੱਕ ਵਾਰ ਬੀਜੇਪੀ ਨੂੰ ਬਿਲਕੁਲ ਹੇਠਾਂ ਲਾਉਂਦਾ ਨਜ਼ਰ ਆ ਰਿਹਾ, ਔਰ ਦੋਨਾਂ ਸਟੇਟਾਂ ਜੰਮੂ ਕਸ਼ਮੀਰ ਅਤੇ ਹਰਿਆਣਾ ਦੋਨਾਂ ਥਾਂ ਤੋਂ ਇਹ ਗੱਲ ਕਹਿ ਰਿਹਾ ਕਿ ਸ਼ਾਇਦ ਇਸ ਵਾਰ ਬੀਜੇਪੀ ਨੂੰ ਸੱਤਾ ਨਹੀਂ ਮਿਲੇਗੀ। ਹੁਣ ਬਾਕੀ ਮਿਲਦੀ ਨਹੀਂ ਮਿਲਦੀ, ਕਾਂਗਰਸ ਨੂੰ ਮਿਲਦੀ ਆ, ਬੀਜੇਪੀ ਨੂੰ ਮਿਲਦੀ ਹੈ, ਰਿਪੀਟ ਕਰੇਗੀ, ਕੀ ਹੋ ਗਿਆ ਤਾਂ ਹਾਲੇ ਕੱਲ੍ਹ ਹੀ ਪਤਾ ਲੱਗੇਗਾ। ਠੀਕ ਹੈ ਰਪਾਣੀ, ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਕੱਲ੍ਹ ਇਸੇ ਸਮੇਂ ਜਿਹੜਾ ਅਸੀਂ ਤੁਹਾਨੂੰ ਖਾਸ ਤੌਰ 'ਤੇ ਬੋਲਦਾ ਪੰਜਾਬ ਦੇ ਵਿੱਚ ਵੀ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ
ਉਹਦੀ ਜਿਹੜੀ ਪੂਰੀ ਰਿਪੋਰਟ ਹੈ ਅਸੀਂ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਦਿਖਾਵਾਂਗੇ। ਜਿਹੜੇ ਰਿਪੋਰਟਾਂ ਦੇ ਮੁਤਾਬਿਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਨੂੰ ਜਿਹੜਾ ਹੈ ਉਹ ਬਹੁਮਤ ਮਿਲ ਰਿਹਾ, ਪਰ ਬਹੁਮਤ ਦੇ ਮੁਤਾਬਿਕ ਕਿਹੜੇ ਚਿਹਰੇ ਹੋਣਗੇ ਜਿਹੜਾ ਮੁੱਖ ਮੰਤਰੀ ਦੇ ਦਾਅਵੇਦਾਰ ਹੋਣਗੇ, ਉਹ ਵੀ ਤੁਹਾਨੂੰ ਅਸੀਂ ਜਿਹੜਾ ਬੋਲਦਾ ਪੰਜਾਬ ਦੇ ਉੱਤੇ ਸਾਰੀ ਜਿਹੜੀ ਜਾਣਕਾਰੀ ਹੈ ਉਹ ਨਸ਼ਰ ਕੀਤੀ ਜਾਵੇਗੀ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦੇ ਨੂੰ ਲੈ ਕੇ ਗੱਲਬਾਤ ਕਰਾਂਗੇ। ਮੈਨੂੰ ਅਤੇ ਮੇਰੇ ਸਹਿਯੋਗੀ ਦੀ ਇਜਾਜ਼ਤ, ਧੰਨਵਾਦ।